ਅੱਜ ਮੋਹਾਲੀ ਦੇ ਵਿੱਚ ਦਿਨ ਦਿਹਾੜੇ CP-67 ਮਾਲ ਏਅਰਪੋਰਟ ਦੇ ਸਾਹਮਣੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਕੁਝ ਅਗਿਆਤ ਗੈਂਗਸਟਰਾਂ ਨੇ ਜੰਮੂ ਦੇ ਗੈਂਗਸਟਰ ਰਾਜੇਸ਼ ਡੋਗਰਾ ਉਰਫ ਮੋਹਨ ਨਾਮ ਦੇ ਇੱਕ ਨੌਜਵਾਨ ਨੂੰ ਤਾਬੜ ਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ। ਮੌਕੇ 'ਤੇ ਪਹੁੰਚੇ ਪੁਲਿਸ ਦੇ ਆਲਾ ਅਧਿਕਾਰੀ ਨੇ ਕਿਹਾ ਕਿ ਹਾਦਸਾ ਉਸ ਸਮੇਂ ਪੇਸ਼ ਆਇਆ ਜਦੋਂ ਜੰਮੂ ਦਾ ਗੈਂਗਸਟਰ ਆਪਣੇ ਦੋਸਤਾਂ ਨਾਲ ਮਾਲ ਵਿੱਚੋਂ ਨਿਕਲ ਰਿਹਾ ਸੀ ਤਾਂ ਉਸ ਸਮੇਂ ਕੁਝ ਅਗਿਆਤ ਨੌਜਵਾਨ ਆਉਂਦੇ ਨੇ ਆਪਣੀਆਂ ਕਾਰਾਂ ਦੇ ਵਿੱਚ ਅਤੇ ਤਾਬੜ ਤੋੜ ਗੋਲੀਆਂ ਚਲਾ ਕੇ ਇਸ ਗੈਂਗਸਟਰ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ। ਲਗਭਗ 15 ਗੋਲੀਆਂ ਚੱਲੀਆਂ ਇਸ ਗੈਂਗਸਟਰ ਨੂੰ ਮਾਰਨ ਦੇ ਲਈ। ਬਹਰਹਾਲ ਸਾਰੀ ਘਟਨਾ ਮਾਲ 'ਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਉਸ ਤੋਂ ਸਾਫ ਸਾਫ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਇਹ ਗੈਂਗਸਟਰ ਆਉਂਦੇ ਨੇ, ਜਿਹਦੇ ਵਿੱਚ ਗੱਡੀ J&K ਦੀ ਸੀ, ਦੂਜੀ ਚੰਡੀਗੜ੍ਹ ਦੀ ਹੈ, ਤੀਜੀ ਗੱਡੀ ਇੱਕ ਹੋਰ ਸੀ। ਇਸ ਕੇਸ ਵਿੱਚ ਇੱਕ ਸਾਥੀ ਨੂੰ ਜਿਹੜਾ ਕਿ ਮੋਹਨ ਗੈਂਗਸਟਰ ਦਾ ਮਰਨ ਵਾਲੇ ਦਾ ਸਾਥੀ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੂਜਾ ਤੀਜਾ ਭੱਜਣ ਵਿੱਚ ਫਰਾਰ ਹੋ ਗਿਆ। ਇਹਨਾਂ ਦੋਨਾਂ ਦੇ ਭੱਜਣ ਵਾਲੇ ਅਤੇ ਗ੍ਰਿਫਤਾਰ ਕੀਤੇ ਇਹਨਾਂ ਗੈਂਗਸਟਰਾਂ ਦੇ ਵੱਖ ਵੱਖ ਥਾਣਿਆਂ ਵਿੱਚ ਕ੍ਰਿਮੀਨਲ ਰਿਕਾਰਡ ਹੈ ਅਤੇ ਪਰਚੇ ਦਰਜ ਨੇ। ਮੋਹਾਲੀ ਦੀ ਵਾਰਦਾਤ ਜਿੱਥੇ ਦਿਨ ਦਿਹਾੜੇ ਗੈਂਗਵਾਰ ਦੀ ਵਾਰਦਾਤ ਸਾਹਮਣੇ ਆਈ ਹੈ, ਉੱਥੇ ਰਾਜੇਸ਼ ਡੋਗਰਾ ਉਰਫ ਮੋਹਨ ਜਿਹੜਾ ਕਿ ਜੰਮੂ ਦਾ ਰਹਿਣ ਵਾਲਾ ਸੀ, ਉਸਦਾ ਤਾਬੜ ਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ। SSP ਮੁਤਾਬਕ ਹਲੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਇਸ ਗੋਲੀਆਂ ਚਲਾਉਣ ਵਿੱਚ ਇਹਨਾਂ ਦੀ ਆਪਸੀ ਰੰਜਿਸ਼ ਸੀ ਜਾਂ ਫਿਰ ਗੈਂਗਵਾਰ। ਖਬਰ ਮੋਹਾਲੀ ਦੇ CP-67 ਬਾਲ ਦੇ ਬਾਅਦ ਜਿੱਥੇ ਸਨਸਨੀ ਫੈਲ ਗਈ ਜਦੋਂ ਇਹ ਗੈਂਗਸਟਰ ਆਪਣੇ ਸਾਥੀਆਂ ਸਮੇਤ ਇੱਕ ਮਾਲ ਦੇ ਵਿੱਚ ਘੁੰਮ ਰਿਹਾ ਸੀ ਅਤੇ ਉਸ ਤੋਂ ਬਾਅਦ ਜਿਵੇਂ ਹੀ ਬਾਹਰ ਨਿਕਲਦਾ ਤਾਂ ਉਸ ਉੱਪਰ ਤਾਬੜ ਤੋੜ ਗੋਲੀਆਂ ਨਾਲ ਹਮਲਾ ਹੋ ਜਾਂਦਾ। ਤਸਵੀਰਾਂ ਸਾਫ਼ ਨੇ, ਇਸ ਤੋਂ ਸਾਫ਼ ਹੈ ਕਿ ਪਹਿਲਾਂ ਇਸਦੀ ਰੇਕੀ ਕੀਤੀ ਗਈ। ਮਾਰਨ ਵਾਲੇ ਨੂੰ ਪਤਾ ਸੀ ਕਿ ਗੈਂਗਸਟਰ ਰਾਜੇਸ਼ ਡੋਗਰਾ ਉਰਫ ਮੋਹਨ ਇਸ ਮਾਲ ਵਿੱਚ ਆਇਆ ਹੋਇਆ ਹੈ। ਉਹ ਜਿਵੇਂ ਹੀ ਬਾਹਰ ਨਿਕਲਣ ਲੱਗਿਆ ਉਸ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਮਾਰਨ ਵਾਲੇ 4 ਤੋਂ 5 ਦੱਸੇ ਜਾ ਰਹੇ ਨੇ, ਪਰ ਹਾਲੇ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ। SSP ਮੁਤਾਬਕ ਇਹਨਾਂ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਮਾਮਲਾ ਮੋਹਾਲੀ ਦੇ CP-67 ਮਾਲ ਦੇ ਬਾਹਰ ਜਿੱਥੇ ਦਿਨ ਦਿਹਾੜੇ ਹੜਕੰਪ ਮੱਚ ਗਿਆ। ਜਿਹੜਾ ਕਤਲ ਹੋਇਆ ਹੈਗਾ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਕੌਣ ਸੀ? ਦੇਖੋ ਜੀ, ਹੁਣੇ ਜਿਹੜਾ ਇੰਸੀਡੈਂਟ ਹੋਇਆ, ਇੱਕ ਅਨਫੋਰਚੁਨੇਟ ਇੰਸੀਡੈਂਟ ਜਿਹੜਾ ਹੋਇਆ, ਉਹਦੇ ਵਿੱਚ ਇੱਥੇ ਏਅਰਪੋਰਟ ਰੋਡ 'ਤੇ ਇੱਕ ਬੰਦੇ ਨੂੰ ਗੋਲੀਆਂ ਮਾਰ ਕੇ ਉਹਦੀ ਮੌਕੇ 'ਤੇ ਹੀ ਡੈਥ ਹੋ ਗਈ ਹੈ। ਅਤੇ ਐਜ਼ ਪਰ ਜਿਹੜੇ ਉਹਦੀ ਡਾਕੂਮੈਂਟਸ ਡਿਟੇਲਸ ਜਿਹੜੀਆਂ ਮਿਲੀਆਂ, ਇੱਕ ਰਾਜੇਸ਼ ਡੋਗਰਾ ਨਾਮ ਦਾ ਬੰਦਾ ਹੈ ਜਿਹਦੇ ਜਿਹੜਾ ਕਿ ਜੰਮੂ ਦਾ ਰਹਿਣ ਵਾਲਾ ਹੈ, ਐਜ਼ ਪਰ ਜਿਹੜੀ ਆਧਾਰ ਕਾਰਡ ਵਗੈਰਾ ਡਿਟੇਲਸ ਮਿਲੀ ਹੈ। ਅਤੇ ਇਹ 'ਚ ਦੋ ਗੱਡੀਆਂ ਦੇ ਉੱਤੇ ਕੁਛ ਅਨਨੋਨ 4-5 ਬੰਦੇ ਆਏ ਸੀਗੇ ਅਤੇ ਉਹ ਆ ਕੇ ਉਹਨਾਂ ਨੇ ਜਿਹੜੀ ਇਹ ਸ਼ੂਟਿੰਗ ਕੀਤੀ ਹੈ ਅਤੇ ਇਹ ਇੰਸੀਡੈਂਟ ਨੂੰ ਅੰਜਾਮ ਦਿੱਤਾ। ਅਤੇ ਇਹ 'ਚ ਸਾਡੀਆਂ ਟੀਮਾਂ ਇਮੀਜੀਏਟਲੀ ਐਕਟੀਵੇਟ ਹੋ ਗਈਆਂ ਅਤੇ ਅਸੀਂ, ਸਾਨੂੰ ਕੁਛ ਲੀਡਸ ਵੀ ਕਾਫੀ ਇਹਦੇ ਵਿੱਚ ਹੈਗੀ ਅਤੇ ਛੇਤੀ ਜਿਹੜਾ ਹੈਗਾ ਇਹ ਟ੍ਰੇਸ ਵੀ ਕਰ ਲਿਆ ਜਾਏਗਾ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਹੈ ਅਸੀਂ ਕੋਈ ਚਲਾਉਣ ਵਾਲੇ ਨਹੀਂ। ਇਹ ਮਾਲ ਤੋਂ ਬਾਹਰ ਨੂੰ ਜਾ ਰਿਹਾ ਸੀਗਾ ਤਾਂ ਗੋਲੀ ਚਲਾਉਣ ਵਾਲੇ ਕਿੰਨੇ ਸੀ? ਇਹ 4 ਤੋਂ 5 ਜਿਹੜੇ ਹੈਗੇ ਫਿਲਹਾਲ ਦੱਸੇ ਜਾ ਰਹੇ। ਕਿੰਨੇ ਸ਼ੈਲ ਮਿਲੇ ਨੇ ਤੇ ਕਿੰਨੀਆਂ ਹਿੱਟ ਹੋਈਆਂ ਨੇ? ਇਹ ਕਰੀਬ 10 ਕ ਦੇ ਆਸ-ਪਾਸ ਜਿਹੜੇ ਹੈਗੇ ਆ ਰਾਊਂਡ ਦੀ ਆਸ਼ੰਕਾ ਹੈਗੀ ਹੈ। ਬਾਕੀ ਅਸੀਂ ਡਿਟੇਲ ਸਾਰੀ ਫੋਰੈਂਸਿਕ ਟੀਮ ਸਾਡੀ ਮੌਕੇ 'ਤੇ ਆ ਗਈ ਹੈ
ਤੇ ਸਾਰੀ ਡਿਟੇਲ 'ਚ ਇਹਦੀ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਸਰ ਗੱਲਾਂ ਹੀ ਨਹੀਂ ਪਤਾ ਲੱਗਿਆ ਹੁਣ ਤੱਕ ਜਾਂ ਨਾਲ ਸੀ ਨਹੀਂ ਇਹਦੇ ਨਾਲ ਵੀ ਇੱਕ ਦੋ ਸਾਥੀ ਸੀਗੇ ਤੇ ਉਹਨਾਂ ਨੂੰ ਵੀ ਡਿਟੇਲ ਕੁਛ ਇੱਧਰ ਉੱਧਰ ਹੋ ਗਿਆ ਪਰ ਸਾਨੂੰ ਆਇਡੈਂਟੀਫਾਈ ਹੋ ਗਏ ਨੇ ਤੇ ਉਹਨਾਂ ਤੋਂ ਵੀ ਡਿਟੇਲ 'ਚ ਅਸੀਂ ਜਿਹੜੇ ਪੁੱਛਾਂਗੇ ਕੀ ਗੱਲਬਾਤ ਹੈ ਕਿ ਕੋਈ ਦੁਸ਼ਮਣੀ ਵਾਲੀ ਗੱਲਬਾਤ ਹੈ ਜਾਂ ਕੋਈ ਪਰਸਨਲ ਐਨੀਮਿਟੀ ਵਾਲੀ ਗੱਲਬਾਤ ਹੈ ਕਿਉਂਕਿ ਬੰਦਾ ਜਿਹੜਾ ਹੈਗਾ ਜੰਮੂ ਦਾ ਰਹਿਣ ਵਾਲਾ ਜੋ ਐਸ ਪਰ ਡਾਕੂਮੈਂਟ ਸਾਨੂੰ ਪਤਾ ਲੱਗਿਆ ਸਾਰੀ ਡਿਟੇਲ ਚ ਸਾਡੀ ਟੀਮ ਆਲਰੇਡੀ ਲੱਗ ਗਈ ਹੈ ਤੇ ਛੇਤੀ ਤੋਂ ਛੇਤੀ ਇਹਨੂੰ ਅਸੀਂ ਕਲੀਅਰ ਕਰਾਂਗੇ। ਠੀਕ ਹੈ, ਥੈਂਕ ਯੂ ਬਹੁਤ।